आम आदमी पार्टी ਦੇ ਐਮਐਲਏ ਨੇ ਅਮੋਲਕ ਸਿੰਘ ਉਹਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋਈ ਹੈ ਔਰ ਪਿੰਡ ਢਿੱਲਵਾਂ ਦੇ ਵਿੱਚ ਸਰਪੰਚ ਬਣਾਉਣ ਨੂੰ ਲੈ ਕੇ ਧਮਕਾਉਂਦੇ ਹੋਏ ਵਿਖਾਈ ਦੇ ਰਹੇ ਨੇ। ਸਿਆਸੀ ਚਰਚਾ ਤੇ ਸ਼ੁਰੂ ਹੋਣੀ ਸੀ ਕਿਉਂਕਿ ਸਿਆਸਤਦਾਨਾਂ ਨੂੰ ਤਾਂ ਸਿਮਰਨ ਜੀ ਕੋਈ ਨਾ ਕੋਈ ਮੁੱਦਾ ਚਾਹੀਦਾ ਜੀ, ਉਹਨਾਂ ਨੂੰ ਚਾਹੀਦਾ ਵੀ ਕੱਲ ਵਾਲਾ ਮੁੱਦਾ ਨਿਕਲ ਗਿਆ ਹੁਣ ਅੱਜ ਕੋਈ ਨਵਾਂ ਚਾਹੀਦਾ, ਔਰ ਲੀਡਰ ਬੜੇ ਸਿਆਣੇ ਆ ਕੋਈ ਨਾ ਕੋਈ ਮੁੱਦਾ ਕੱਢ ਲਿਆਉਂਦੇ ਆ ਜਾਂ ਉਹ ਦੇ ਦਿੰਦੇ ਆ ਇੱਕ ਦੂਜੇ ਨੂੰ। ਜਿਹੜੀ ਵੀਡੀਓ ਵਾਇਰਲ ਹੋਈ ਆ, ਖਬਰ ਵੀ ਆ ਚੁੱਕੀ ਮੀਡੀਆ ਦੇ ਵਿੱਚ ਵੀ ਕਿ ਸਾਡੇ ਜਿਹੜੇ ਐਮਐਲਏ ਨੇ ਜੈਤੋਂ ਦੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਮੈਂ ਇੱਥੇ ਸਰਪੰਚ ਦਾ ਉਮੀਦਵਾਰ ਨਹੀਂ ਬਣਾਉਣ ਆਇਆ, ਮੈਂ ਤੇ ਸਰਪੰਚ ਬਣਾਉਣ ਆਇਆ। ਔਰ ਉਹਨਾਂ ਕਿਹਾ ਵੀ ਜਿਹੜੇ ਸਾਡੀ ਗੱਲ ਨਹੀਂ ਮੰਨਣਗੇ ਉਹਨਾਂ ਨੂੰ ਫਿਰ ਅਸੀਂ ਬੰਦੇ ਬਣਾਵਾਂਗੇ ਜੀ। ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਚੈਨਲ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਮੇਰਾ ਕਹਿਣ ਦਾ ਭਾਵ ਇਹ ਨਹੀਂ ਹੈਗਾ ਕਿ ਮੈਂ ਲੋਕਤੰਤਰ ਦੇ ਸਿਸਟਮ ਤੋਂ ਜਿਹੜਾ ਉਹ ਭੱਜਦਾ। ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੋਟਾਂ ਪੈਣਗੀਆਂ ਪਰ ਬੰਦਾ ਸਾਡੇ ਜਿੱਤੂਗਾ, ਮਤਲਬ ਇਹ ਆ ਕਿ ਉਹ ਕਹਿੰਦੇ ਤਕੜਾ ਕੁੱਟੇ ਤੇ ਰੋਣ ਵੀ ਨਾ ਦੇਵੇ। ਔਰ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਹ ਸ਼ੁਰੂ ਤੋਂ ਅਸੀਂ ਦੇਖਿਆ ਕਿ ਕਬਜ਼ਾ ਕਰਨ ਵਾਸਤੇ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਹੈਕਿੰਗ ਹੁੰਦੀ ਹੈ ਇਹਨਾਂ ਦੀ, ਉਹ ਬਹੁਤ ਬੁਰੀ ਤਰ੍ਹਾਂ ਜਿਹੜੀਆਂ ਨੇ ਉਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਪਹਿਲਾਂ ਵੀ ਕਤਲ ਵੀ ਹੁੰਦੇ ਰਹੇ। ਡੇਰਾ ਬਾਬਾ ਨਾਨਕ ਦੇ ਵਿੱਚ 1-2 ਕਰੋੜ ਦੀ ਬੋਲੀ ਦਿੱਤੀ ਗਈ ਹੈ। ਇਸੇ ਤਰ੍ਹਾਂ ਬਾਘਾ ਪੁਰਾਣਾ ਦੇ ਵਿੱਚ ਗਿੱਦੜਬਾਹਾ ਦੇ ਵਿੱਚ 1-35 ਲੱਖ ਦੀ ਬੋਲੀ ਹੈ, ਇੱਕ ਹੋਰ ਥਾਂ 'ਤੇ 60 ਲੱਖ ਦੀ ਬੋਲੀ ਦਿੱਤੀ ਗਈ। ਬਾਅਦ 'ਤੇ ਤਾਂ ਹੈ ਕਿ ਤੁਸੀਂ ਚੁਣੇ ਜਾਓ, ਚੁਣਨ ਤੋਂ ਬਾਅਦ ਅਨਾਊਂਸ ਕਰੋ ਕਿ ਮੈਂ ਜਿਹੜੀ ਆ, ਜਾਂ ਤੁਸੀਂ ਕਹੋ ਜੀ ਮੈਂ ਪਿੰਡ ਦੇ ਵਿਕਾਸ ਦੇ ਇੰਨਾ ਪੈਸਾ ਲਾਵਾਂਗਾ। ਪੰਜਾਬ ਦੇ ਵਿੱਚ ਮੀਟਿੰਗ ਹੋ ਰਹੀ ਸੀ, ਭਾਜਪਾ ਦੀ ਵਿਜੇ ਰੂਪਾਨੀ ਪਹੁੰਚੇ ਹੋਏ ਸਨ, ਚਰਚਾਵਾਂ ਸੀ ਕਿ ਸੁਨੀਲ ਜਾਖੜ ਵੀ ਪਹੁੰਚਣਗੇ ਪਰ ਉਹ ਨਹੀਂ ਪਹੁੰਚੇ, ਅਤੇ ਫਿਰ ਉਸ ਤੋਂ ਬਾਅਦ ਇੰਚਾਰਜ ਵਿਜੇ ਰੂਪਾਨੀ ਹੋਰਾਂ ਦਾ ਬਿਆਨ ਆਉਂਦਾ ਹੈ, ਕਹਿੰਦੇ ਕਿ ਕਿਸੇ ਨਿੱਜੀ ਕੰਮ ਕਰਕੇ ਸੁਨੀਲ ਜਾਖੜ ਹੋਰਾਂ ਨੂੰ ਦਿੱਲੀ ਜਾਣਾ ਪਿਆ ਪਰ ਛੇਤੀ ਹੀ ਉਹ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣਗੇ। ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਹੈ, ਕਹਿੰਦੇ ਕਿ ਸਾਡੇ ਕੋਲ ਸੁਨੀਲ ਜਾਖੜ ਦਾ ਕੋਈ ਵੀ ਅਸਤੀਫਾ ਨਹੀਂ ਆਇਆ। ਗੱਲਾਂ ਤਾਂ ਸੱਚੀਆਂ ਨੇ ਜੀ, ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ, ਪਤਾ ਲੱਗਦਾ ਸਿਚੁਏਸ਼ਨਸ ਕੀ ਹੈ, ਸਰਕਮਸਟਾਂਸਿਸ ਕੀ ਹੈ, ਕਿਉਂਕਿ ਬਿਆਨ ਅਖਬਾਰਾਂ 'ਚ ਵੀ ਛਪ ਚੁੱਕਿਆ, ਮੀਡੀਆ 'ਚ ਵੀ, ਸੋਸ਼ਲ ਮੀਡੀਆ 'ਤੇ ਚੱਲ ਗਿਆ ਹੋਇਆ, ਬਾਕੀ ਟੀਵੀ ਚੈਨਲਾਂ 'ਤੇ ਵੀ ਆ ਗਿਆ। ਸੋ ਇਹਨਾਂ ਸਥਿਤੀਆਂ ਦੇ ਵਿੱਚ ਇੱਕ ਸਟੇਟ ਦੇ ਪ੍ਰਧਾਨ ਦਾ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣਾ ਸਵਾਲ ਖੜ੍ਹੇ ਕਰਦਾ। ਜਾਖੜ ਸਾਹਿਬ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਤੋਂ, ਕਿਉਂਕਿ ਜੋ ਵਾਅਦਾ ਕੀਤਾ ਗਿਆ ਸੀ ਉਹਨਾਂ ਨਾਲ ਜੀ ਉਹ ਪੂਰੇ ਨਹੀਂ ਹੋਏ। ਇਹ ਬਿਆਨ ਬਾਜਵਾ ਸਾਹਿਬ ਵੀ ਦੇ ਚੁੱਕੇ ਆ, ਇਹ ਵੜਿੰਗ ਸਾਹਿਬ ਨੇ ਵੀ ਗੱਲ ਕੀਤੀ ਆ, ਗੱਲ ਵੀ ਆਈ ਆ ਕਿ ਜਦੋਂ ਤੋਂ ਰਵਨੀਤ ਬਿੱਟੂ ਹੋਣਾ ਨੂੰ ਹਾਰਨ ਤੋਂ ਬਾਅਦ ਵੀ ਲੁਧਿਆਣੇ ਤੋਂ ਮੰਤਰੀ ਬਣਾ ਦਿੱਤਾ, ਇਸ ਕਰਕੇ ਜਾਖੜ ਸਾਹਿਬ ਜਿਹੜੇ ਆ ਉਹ ਖੁਸ਼ ਨਹੀਂ ਹੈਗੇ। ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਵਿਵਾਦਾਂ ਦੇ ਵਿੱਚ ਬਰਕਰਾਰ ਹੈ, ਵੜੈਤ ਸਾਹਿਬ ਹਾਈ ਕੋਰਟ ਸਖ਼ਤ ਹੋ ਚੁੱਕਿਆ ਹੈ ਸੀਏ ਖਰੜ ਦੇ ਵਿੱਚ ਸਟਾਫ ਦੀ ਤੈਨਾਤੀ ਨੂੰ ਲੈ ਕੇ, ਨਾਲੇ ਰਿਟਾਇਰ ਪੁਲਿਸ ਮੁਲਾਜ਼ਮ ਨੂੰ ਜੋ ਐਕਸਟੈਂਸ਼ਨ ਦਿੱਤੀ ਗਈ ਸੀ ਉਸ ਉੱਤੇ ਵੀ ਸਵਾਲ ਖੜ੍ਹੇ ਹੋਏ ਨੇ, ਅਤੇ ਪੰਜਾਬ ਸਰਕਾਰ ਤੋਂ ਹੁਣ ਸਪਸ਼ਟੀਕਰਨ ਮੰਗਿਆ ਗਿਆ। ਉਹ ਬੜੇ ਵਿਵਾਦਾਂ ਦੇ ਵਿੱਚ ਰਿਹਾ ਕਿਉਂਕਿ ਉਹਦੇ ਉੱਤੇ ਹਾਲੇ ਤੱਕ ਜਿਹੜਾ ਉਹ ਕੋਈ ਸਿੱਟੇ ਦੇ ਨੇੜੇ ਤੇੜੇ ਨਹੀਂ ਪਹੁੰਚੇ, ਹਾਲੇ ਕਿ ਬਹੁਤ ਸਾਰਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕੀਤਾ, ਕੋਰਟ ਕੇਸ ਵੀ ਚੱਲਦੇ ਆ, ਪਿੱਛੇ ਜੇ ਉਹਨਾਂ ਦੀ ਜਿਹੜੀ ਜੀਭ ਦੇ ਵਿੱਚ ਮਾਰਿਆ ਗਿਆ ਸੀ ਉਹ ਵੀ ਪੇਸ਼ ਕੀਤੀ ਗਈ। ਲੋਕ ਭਾਲਦੇ ਆ ਕਿ ਜਲਦੀ ਤੋਂ ਜਲਦੀ ਇਨਸਾਫ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਿਮਰਨ ਜੀ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ ਜਿਨ੍ਹਾਂ ਵਿੱਚ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਹੁੰਦੀ ਹੈ ਜੀ, ਕਿ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ। ਜਿਹੜਾ ਸਟਾਫ ਉਸ ਵਕਤ ਡਿਊਟੀ 'ਤੇ ਹੈ ਉਹ ਇੱਕ ਬੰਦਾ ਸੇਵਾ ਮੁਕਤ ਹੋ ਜਾਂਦਾ ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੋਇਆ ਕਿ ਕਿਸੇ ਨੂੰ ਐਕਸਟੈਂਸ਼ਨ ਨਹੀਂ ਦੇਣੀ। ਪਰਾਲੀ ਸਾੜ ਨੂੰ ਲੈ ਕੇ ਕਿਸਾਨਾਂ ਦੇ ਕਈ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਔਰ ਹੁਣ ਇਹ ਵੀ ਕਿਹਾ ਗਿਆ ਸੀ ਕਿ ਬੀਤੇ 5 ਕੁ ਦਿਨਾਂ ਦੇ ਵਿੱਚ 21 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ। ਹੁਣ ਅਜਿਹੇ ਦੇ ਵਿੱਚ ਕਿਸਾਨਾਂ ਨੇ ਗੁਹਾਰ ਲਗਾਈ ਹੈ DC ਦੇ ਅੱਗੇ, ਔਰ ਉਹਨਾਂ ਨੂੰ ਕਿਹਾ ਹੈ ਕਿ ਜਾਂ ਤਾਂ ਸਰਕਾਰ ਸਾਡੀ ਮਦਦ ਕਰੇ ਪਰਾਲੀ ਨੂੰ ਚੁੱਕਣ ਦੇ ਵਿੱਚ, ਨਹੀਂ ਤਾਂ ਫਿਰ ਅਸੀਂ ਖੇਤਾਂ ਦੇ ਵਿੱਚ ਹੀ ਪਰਾਲੀ ਸਾੜਨਾ ਸ਼ੁਰੂ ਕਰ ਦੇਵਾਂਗੇ। 9 ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਫਿਰ ਇਹ ਡਰ ਵੱਧ ਜਾਂਦਾ ਕਿ ਹੁਣ ਪਰਾਲੀ ਨੂੰ ਅੱਗ ਲੱਗੇਗੀ, ਧੂੰਆਂ ਆਏਗਾ, ਲੋਕਾਂ ਦਾ ਸਾਹ ਘੁੱਟਿਆ ਜਾਏਗਾ। ਕਿਉਂ 6 ਮਹੀਨੇ ਤੱਕ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਜਦੋਂ ਹੋਏਗਾ ਉਦੋਂ ਵੇਖੀ ਜਾਏਗਾ। ਇਸ ਵਾਰ ਫਿਰ ਇਹ ਸਮੱਸਿਆ ਸਾਡੇ ਸਿਰ 'ਤੇ ਆ ਖੜੀ ਹੋਈ ਆ ਜੀ, ਅੱਗਾਂ ਲੱਗਣੀਆਂ ਹੀ ਲੱਗਣੀਆਂ ਨੇ, ਧੂੰਆਂ ਹੋਣਾ ਹੀ ਹੋਣਾ, ਅਤੇ ਅਸੀਂ ਫਿਰ 2-3 ਮਹੀਨੇ ਜਿਹੜੇ ਆ ਇਹ ਦਸੰਬਰ ਤੱਕ ਦੇ, ਨਵੰਬਰ ਤੱਕ ਦੇ ਹੀ ਕਹਿ ਲਓ,
कि असी रौला पा के ब्लेम करके एक दूजे ते मीटिंगां करके ते नंगा लैणे आ। सत श्री अकाल जी, प्रोग्राम एक मेरी भी सुनो वेख रहे दर्शकों का स्वागत है। मैं हाँ सिमरनजीत कौर गिल। साढ़े इस प्रोग्राम के दिन दड्डिया व्डिया खबरों के उत्ते विचार चर्चा होंगी है, तो साढ़े माहर तफसील के जानकारी तो सामने लैके आते हैं, तो तर्कशील जानकारी होंगी है। अज इस प्रोग्राम स्टूडियो के मेरे नाल मौजूद ने ग्रुप एडिटर सरदार अमरजीत सिंह जी वड़ैच। सब तो पहला उन्होंने स्वागत करते हैं। वड़ैच साहब, सत श्रीकाल, बहुत बहुत स्वागत है। मेहरबानी सिमरन जी, बहुत बहुत शुक्रिया थोड़ा भी, साढ़े स्रोतियों का भी। इस तो पहला कि तुसीं अज दियां खबरां जिहड़ियां शुरू करो, मैं एक छोटी जी साडे दर्शकां दे नाल एक गल सांझी करनी चाहवांगा जिहड़ी कि बहुत जरूरी है। वह है कि असीं पाणी दा अक्सर जिक्र करदे आं कि साडा धरती हेठला पाणी पंजाब दा बहुत थले जा रहा है जी। इहदे विच कोई दो रावां भी नहीं हैगियां, हर एक पद्धर ते चिंता प्रगट कीती जा रही है। पर मैं इत्थे बेनती करां कि हर एक दा फर्ज बणदा है, असीं जिस लैवल ते वी होईए एक एक बूंद बचाईए। सो दो चार गल्लां ध्यान च जरूर रखो कि एक तो आरओ जिहड़ा वह बहुत पानी वेस्ट करता है, वो पानी जो तुम सचमुच आरओ का ही पीना है तो TDS जी वो है बहुत सारे लोग 40-50 रखते हैं, बड़ी खतरनाक है वो। WHO कंडीशनज ने वो मुताबिक 300 तो उपर रख सकते हो। दूसरी गल, जिहड़ा पानी वह वेस्ट होंदा उनू जिहड़ा वह गटर दे विच ना जाण दिओ, उनू जां पोचे वास्ते वरत लो, जां भांडे धोण वास्ते वरत लो, जां गमलियां विच पाओ। गमलियां विच जिहड़ा पानी पाउंदे हो वो इन्ना परवाह ना पाओ कि वह पानी निकल के थले चलिया जाए। कारां जिहड़ियां ने वह ना धोवो, अपने फर्श पानी नाल जिहड़े आ ना धोवो, अपनियां टूटियां ठीक रखो, अपनियां टैंकियां ठीक रखो। कल्ला किसानां दे सिर भांडा भनना कि वह पानी खा चले आ पी चले आ, वह तो पानी वरत के तुहानू झोना दे रहे ने, तुहाडा ढिड भरदे पए आ। हाँ, एक गल दुरुस्त है कि उन्हां विचों भी बहुत सारे किसान जिहड़ियां मोटरां खुल्लियां छड्ड दिंदे आ, पानी वेस्ट हुंदा है, वह भी जिम्मेवार है। पर साडा सारिआं दा फर्ज़ बणदा है कि आपां एक एक बूंद जिहड़ी आ उह पानी दी बचाईए। जी जी साहब, बहुत बहुत शुक्रिया साढ़े दर्शकों नूं इह जानकारी देण वास्ते। और आपां पहली खबर दा रुख कर लैंदे आ। आम आदमी पार्टी के MLA ने अमोलक सिंह उन्होंने नवी चर्चा छेड़ दी है। एक वीडियो उन्होंने वायरल हुई है और पिंड ढिलों के सरपंच बनाने लैके धमकाते हुए विखाई दे रहे हैं। वड़ैच साहब, इस वीडियो के सामने आने तो बाद सियासी चर्चा जी शुरू हो गई है, तो प्रतिक्रम वख-वख तरह के आ रहे हैं जी। बिल्कुल, सियासी चर्चा तो शुरू होनी सी क्योंकि सियासतदानों तो सिमरन जी कोई ना कोई मुद्दा चाहिए जी, उन्होंने चाहिए भी कल वाला मुद्दा निकल गया हूँ अज कोई नवा चाहिए। और लीडर बड़े सियाने कोई ना कोई मुद्दा कढ़ लिया है जां वह दे देंगे एक दूजे को। हुण यह भी मुद्दा उन्होंने विचों एक है। ये बड़ी मंदभागी खबर है जिहड़ी वीडियो वायरल हुई है, खबर भी आ चुकी मीडिया के विच भी कि साढ़े जिहड़े MLA ने जैतों के उन्होंने एक गल कह दी कि जी मैं इत्थे सरपंच दा उम्मीदवार नहीं बनाउण आया, मैं तो सरपंच बनाउण आया। और उन्होंने कहा भी जिहड़े साडी गल नहीं मन्नणगे उन्होंने फिर असीं बंदे बनावांगे जी। हालांकि उन्होंने बाद दे विच एक चैनल दे नाल गल करदिआं कहा कि मेरा कहण दा भाव इह नहीं हैगा कि मैं लोकतंत्र दे सिस्टम तों जिहड़ा उह भजदा। उन्होंने ये गल कहण दी कोशिश कीती कि वोटां पैणगीआं पर बंदा साडे जितूगा, मतलब इह आ कि वह कहिंदे तकड़ा कुटे तो रोण भी ना देवे। वह गल हो गई कि तुसीं कह दिता कि बनाउणा इहनू ही आ, जे नहीं बनाओगे तो फिर तुहानूं असीं सुधार लांगे जी। हालांकि उन्होंने गल कही आ जिहड़ी उन्होंने एक अपने बाद दे विच जिहड़ी गल कही आ स्पष्टीकरण दे विच कि पहलां चोणां 'च वी इंज ही हुंदा रिहा, कहिंदे साडे ते बंदिआं नूं कागज़ नहीं मिलदे रहे। और पंजाब दीआं चोणां दे विच इह शुरू तो असीं देखिआ कि कब्जा करन वास्ते बहुत बुरी तरह जिहड़ी आ उह हैकिंग हुंदी आ इहनां दी, उह बहुत बुरी तरह जिहड़ियां ने उह घटनावां वापरदियां रहियां ने, पहलां वी कतल वी हुंदे रहे आ। इस वीडियो दे नाल दूसरियां वी जोड़ लो, डेरा बाबा नानक दे विच 1-2 करोड़ दी बोली दित्ती गई है, इस तरह बाघा पुराणा दे विच गिदड़बाहा दे विच 35 लाख दी बोली है, एक होर थां ते 60 लाख दी बोली दित्ती गई है। ये पहली बारी वेखण च आ रहा है साडी जिंदगी दे विच। मैं भी बहुत सारिया पंचायती चोणां वेखियां ने कि बोलियां लगदियां ने। ये बोलियां देण तों बाद फिर इहदा मतलब है जिहड़ा बंदा 2 करोड़ दी बोली दे रहा उह सरपंची दे विचों 2 करोड़ कमाएगा भी, ते अगली बारी बोली देण वास्ते 2 करोड़ होर कमाएगा। की इहदा मतलब की सरपंच दी
ਇੰਨੀ ਵੱਡੀ ਪੋਸਟ ਹੁੰਦੀ ਹੈ ਕਿ ਇੰਨਾ ਪੈਸਾ ਕਮਾ ਸਕਦਾ, ਫਿਰ ਉਹ ਵਿਕਾਸ ਕਿੱਥੇ ਕਰੇਗਾ ਜੀ? ਸਵਾਦ ਤਾਂ ਹੈ ਕਿਉਂਕਿ ਕਹਿੰਦੇ ਜੀ ਇਹ ਪੈਸਾ ਪਿੰਡ ਦੇ ਵਿਕਾਸ 'ਤੇ ਲੱਗੇਗਾ, ਸਵਾਦ ਤਾਂ ਹੈ ਕਿ ਤੁਸੀਂ ਚੁਣੇ ਜਾਓ, ਚੁਣਨ ਤੋਂ ਬਾਅਦ ਅਨਾਊਂਸ ਕਰੋ ਕਿ ਮੈਂ ਜਿਹੜੀ ਆ, ਜਾਂ ਤੁਸੀਂ ਕਹੋ ਜੀ ਮੈਂ ਪਿੰਡ ਦੇ ਵਿਕਾਸ 'ਤੇ ਇੰਨਾ ਪੈਸਾ ਲਾਵਾਂਗਾ, ਮੈਨੂੰ ਵੋਟ ਪਾਓ, ਤੁਸੀਂ ਵੋਟਾਂ 'ਚ ਆਓ। ਇਹ ਕੀ ਹੋਇਆ ਕਿ ਤੁਸੀਂ ਪਹਿਲਾਂ ਬੋਲੀ ਲਾ ਲਈ ਮੈਂ ਇੰਨੇ ਪੈਸੇ ਲਾਵਾਂਗਾ, ਇਹਦੇ ਨਾਲ ਸਾਡੇ ਲੋਕਤੰਤਰ ਦੇ ਸਿਸਟਮ ਨੂੰ ਬੜਾ ਵੱਡਾ ਖਤਰਾ ਪੈਦਾ ਜੀ। ਜਿਹੜੇ ਲੋਕਾਂ ਨੇ ਆਪਣੀ ਵੋਟ ਦੇਣੀ ਆ ਉਸ ਅਧਿਕਾਰ ਨੂੰ ਖਤਰਾ, ਸਾਡੇ ਜਿਹੜੇ ਵਿਰੋਧੀ ਪਾਰਟੀਆਂ ਦੇ ਸੁਖਪਾਲ ਖਹਿਰਾ ਵੀ ਹੈ, ਉਹਨਾਂ ਨੇ ਵੀ ਟਵੀਟ ਕਰਕੇ ਇਹ ਗੱਲ ਕੀਤੀ ਹੈ ਕਿ ਇਹ ਲੋਕਤੰਤਰ ਦੇ ਉੱਤੇ ਬੜਾ ਵੱਡਾ ਖਤਰਾ ਹੈ, ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਵੀ ਨਿਸ਼ਾਨ, ਇਹਦਾ ਐਕਸ਼ਨ ਲੈਣਾ ਚਾਹੀਦਾ। ਉੱਧਰ ਸਾਡੇ LOP ਜਿਹੜੇ ਨੇ, ਲੀਡਰ ਆਫ ਓਪੋਜੀਸ਼ਨ ਨੇ ਪੰਜਾਬ ਵਿਧਾਨ ਸਭਾ ਵਿੱਚ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ, ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਬੰਦਿਆਂ ਨੂੰ ਅੰਦਰ ਦੇਣਾ ਚਾਹੀਦਾ ਜੀ। ਇਹ ਵੀ ਤਾਂ ਇੱਕ ਹਿਸਾਬ ਦਾ ਭ੍ਰਿਸ਼ਟਾਚਾਰ ਹੀ ਹੋਇਆ ਨਾ। ਸੋ ਇਹ ਚੋਣਾਂ ਬਹੁਤ ਜ਼ਰੂਰੀ ਹੈ, ਲੋਕਤੰਤਰ ਦਾ ਜਿਹੜਾ ਸਾਡਾ ਮਹਿਲ ਹੈ ਨਾ ਸਿਮਰਨ ਜੀ, ਉਹਦੀਆਂ ਨੀਹਾਂ ਨੇ ਪੰਚਾਇਤਾਂ, ਸਾਡੀਆਂ ਕਾਰਪੋਰੇਸ਼ਨ ਅਤੇ ਸਾਡੀਆਂ ਕਮੇਟੀਜ਼। ਬਿਲਕੁਲ, ਇਸ ਤਰ੍ਹਾਂ ਦੀ ਧਾਂਦਲੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਇਹਦੇ ਨਾਲ ਸਾਰਾ ਸਿਸਟਮ ਜਿਹੜਾ ਉਹ ਵਿਗੜ ਜਾਏਗਾ ਜੀ। ਵੜਾ ਸਾਹਿਬ, ਅੱਜ ਪੰਜਾਬ ਦੇ ਵਿੱਚ ਮੀਟਿੰਗ ਹੋ ਰਹੀ ਸੀ, ਭਾਜਪਾ ਦੀ ਵਿਜੇ ਰੂਪਾਨੀ ਪਹੁੰਚੇ ਹੋਏ ਸਨ, ਚਰਚਾਵਾਂ ਸੀ ਕਿ ਸੁਨੀਲ ਜਾਖੜ ਵੀ ਪਹੁੰਚਣਗੇ ਪਰ ਉਹ ਨਹੀਂ ਪਹੁੰਚੇ, ਅਤੇ ਫਿਰ ਉਸ ਤੋਂ ਬਾਅਦ ਇੰਚਾਰਜ ਵਿਜੇ ਰੂਪਾਨੀ ਹੋਰਾਂ ਦਾ ਬਿਆਨ ਆਉਂਦਾ ਹੈ, ਕਹਿੰਦੇ ਕਿ ਕਿਸੇ ਨਿੱਜੀ ਕੰਮ ਕਰਕੇ ਸੁਨੀਲ ਜਾਖੜ ਹੋਰਾਂ ਨੂੰ ਦਿੱਲੀ ਜਾਣਾ ਪਿਆ ਪਰ ਛੇਤੀ ਹੀ ਉਹ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣਗੇ। ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਹੈ, ਕਹਿੰਦੇ ਕਿ ਸਾਡੇ ਕੋਲ ਸੁਨੀਲ ਜਾਖੜ ਦਾ ਕੋਈ ਵੀ ਅਸਤੀਫਾ ਨਹੀਂ ਆਇਆ ਜੀ। ਦੇਖੋ, ਇਹ ਗੱਲਾਂ ਜਿਹੜੀਆਂ ਪਿਛਲੇ ਦਿਨਾਂ 'ਚ ਨਿਕਲ ਕੇ ਆਈਆਂ ਸਿਮਰਨ ਜੀ ਅਸਤੀਫੇ ਦੀਆਂ, ਇਹ ਗੱਲਾਂ ਤਾਂ ਸੱਚੀਆਂ ਨੇ ਇਹ ਜੀ, ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ, ਪਤਾ ਲੱਗਦਾ ਸਿਚੁਏਸ਼ਨਸ ਕੀ ਹੈ, ਸਰਕਮਸਟਾਂਸਿਸ ਕੀ ਹੈ, ਕਿਉਂਕਿ ਬਿਆਨ ਅਖਬਾਰਾਂ 'ਚ ਵੀ ਛਪ ਚੁੱਕਿਆ, ਮੀਡੀਆ 'ਚ ਵੀ, ਸੋਸ਼ਲ ਮੀਡੀਆ 'ਤੇ ਚੱਲ ਗਿਆ ਹੋਇਆ, ਬਾਕੀ TV ਚੈਨਲਾਂ 'ਤੇ ਵੀ ਆ ਗਿਆ। ਉਸ ਤੋਂ ਬਾਅਦ ਜਾਖੜ ਸਾਹਿਬ ਦਾ ਇਹਦੇ ਉੱਤੇ ਇਨਕਾਰ ਨਾ ਕਰਨਾ, ਡਿਨਾਈ ਨਾ ਕਰਨਾ ਜੀ, ਜਾਂ ਉਹਨਾਂ ਦਾ ਸਪਸ਼ਟੀਕਰਨ ਨਾ ਦੇਣਾ ਅਤੇ ਸਿਰਫ ਪਾਰਟੀ ਵੱਲੋਂ ਹੀ ਡੈਮੇਜ ਕੰਟਰੋਲ ਕਰਨ ਦੇ ਲਈ ਸਾਰਾ ਕੁਝ ਕਹੀ ਜਾਣਾ, ਇਹ ਮੰਨਿਆ, ਇਹਦਾ ਜਿਹੜਾ ਗੈਪ ਹੈ ਉਹ ਗੈਪ ਇਹ ਦੱਸਦਾ ਹੈ ਕਿ ਉਹਨਾਂ ਨੇ ਅਸਤੀਫਾ ਤਾਂ ਦੇ ਦਿੱਤਾ ਆ। ਹਾਂ, ਇਹ ਵੱਖਰੀ ਗੱਲ ਹੈ ਕਿ ਪਾਰਟੀ ਹਾਲੇ ਉਹਨੂੰ ਅਨਾਊਂਸ ਨਹੀਂ ਕਰਨਾ ਚਾਹੁੰਦੀ। ਅੱਜ ਦੀ ਹੁਣ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਜਾਖੜ ਸਾਹਿਬ ਨਹੀਂ ਆਏ, ਉੱਤੋਂ ਪੰਚਾਇਤ ਦੀਆਂ ਚੋਣਾਂ ਨੇ, ਬੜੀਆਂ ਇੰਪੋਰਟੈਂਟ ਚੋਣਾਂ ਨੇ, 2-2 ਕਰੋੜ ਰੁਪਏ ਦੀ ਬੋਲੀ ਲੱਗਦੀ ਪਈ ਆ, ਔਰ ਦੋਸ਼ 'ਤੇ ਇਹ ਵੀ ਲੱਗਿਆ ਕਿ ਭਾਜਪਾ ਦਾ ਲੀਡਰ ਹੀ ਆ ਉਹ ਵੀ ਜੀ। ਨੰਬਰ 2, ਉੱਤੋਂ 4 ਜ਼ਿਮਨੀ ਚੋਣਾਂ ਆਉਣ ਵਾਲੀਆਂ ਨੇ, ਔਰ ਨਾਲ ਦੀ ਨਾਲ ਤੁਹਾਡੇ ਗੁਆਂਢ ਦੇ ਵਿੱਚ ਤੁਸੀਂ ਚੋਣਾਂ ਲੜਦੇ ਪਏ ਹੋ, ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਤੀਸਰੀ ਵਾਰੀ ਭਾਰਤੀ ਜਨਤਾ ਪਾਰਟੀ ਕਲੇਮ ਕਰਦੀ ਪਈ ਹੈ। ਸੋ ਇਹਨਾਂ ਸਥਿਤੀਆਂ ਦੇ ਵਿੱਚ ਇੱਕ ਸਟੇਟ ਦੇ ਪ੍ਰਧਾਨ ਦਾ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣਾ ਸਵਾਲ ਖੜੇ ਕਰਦਾ ਜੀ। ਹਾਂ, ਇਹ ਗੱਲ ਪੱਕੀ ਹੈ ਕਿ ਸਿਮਰਨ ਜੀ, ਜਾਖੜ ਸਾਹਿਬ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਤੋਂ, ਕਿਉਂਕਿ ਜੋ ਵਾਅਦਾ ਕੀਤਾ ਗਿਆ ਸੀ ਉਹਨਾਂ ਨਾਲ ਜੀ ਉਹ ਪੂਰੇ ਨਹੀਂ ਹੋਏ। ਇਹ ਬਿਆਨ ਬਾਜਵਾ ਸਾਹਿਬ ਵੀ ਦੇ ਚੁੱਕੇ ਆ, ਇਹ ਵੜਿੰਗ ਸਾਹਿਬ ਨੇ ਵੀ ਗੱਲ ਕੀਤੀ ਆ, ਗੱਲ ਵੀ ਆਈ ਹੈ ਕਿ ਜਦੋਂ ਤੋਂ ਰਵਨੀਤ ਬਿੱਟੂ ਹੋਣਾ ਨੂੰ ਹਾਰਨ ਤੋਂ ਬਾਅਦ ਵੀ ਲੁਧਿਆਣੇ ਤੋਂ ਮੰਤਰੀ ਬਣਾ ਦਿੱਤਾ ਹੈ, ਇਸ ਕਰਕੇ ਜਾਖੜ ਸਾਹਿਬ ਜਿਹੜੇ ਆ ਉਹ ਖੁਸ਼ ਨਹੀਂ ਹੈਗੇ। ਦੂਸਰੀ ਗੱਲ ਇਹ ਵੀ ਆ ਕਿ ਜਦੋਂ ਤੋਂ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਉਦੋਂ ਤੋਂ ਲੈ ਕੇ ਹੁਣ ਤੱਕ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ ਉਹ ਖੁਸ਼ ਨਹੀਂ ਹੈਗੇ, ਉਹ ਗਾਏ ਬਗਾਏ ਆਪਣਾ ਗੁੱਸਾ ਕੱਢਦੇ ਰਹਿੰਦੇ ਆ। ਹਰਜੀਤ ਗਰੇਵਾਲ ਹੋਣਾਂ ਨੇ ਵੀ ਇੱਕ ਵਾਰੀ ਕਹਿ ਦਿੱਤਾ ਹੈ ਕਿ ਸਾਡੇ ਤੋਂ ਜਿਹੜੇ ਪਿੱਛੋਂ ਆਏ ਲੀਡਰ ਉਹਨਾਂ ਨੂੰ ਅਗਾਂਹ ਬਿਠਾ ਦਿੱਤਾ ਆ ਜੀ। ਸੋ ਅੰਦਰ ਖਾਤੇ ਤਾਂ ਇਹ ਗੱਲ ਠੀਕ ਹੈ, ਲੇਕਿਨ ਪਾਰਟੀ ਦਾ, ਕਿਉਂਕਿ ਡਿਸਿਪਲਿਨ ਬੜਾ ਤਕੜਾ ਹੈ ਭਾਰਤੀ ਜਨਤਾ ਪਾਰਟੀ ਦਾ, ਗੱਲ ਜਿਹੜੀ ਆ ਉਹ ਹਾਲੇ ਤੱਕ ਨਿਕਲਣੇ ਨਹੀਂ ਆ ਰਹੀ। ਮਤਲਬ ਇਹ ਆ ਕਿ ਜਾਖੜ ਸਾਹਿਬ ਨੂੰ ਮਨਾਇਆ ਜਾ ਰਿਹਾ, ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹ ਮੰਨ ਜਾਣ, ਇਸੇ ਕਰਕੇ ਉਹ ਦਿੱਲੀ ਕਿਸੇ ਕੰਮ ਨਹੀਂ ਗਏ ਹੋਏ ਜੀ, ਦਿੱਲੀ ਉਹਨਾਂ ਨੂੰ ਬੁਲਾਇਆ ਗਿਆ ਹੋਇਆ ਤਾਂ ਕਿ ਕੋਈ ਨਾ ਕੋਈ ਮਸਲਾ ਹੱਲ ਕਰ ਦਿੱਤਾ ਜਾਵੇ, ਔਰ ਹੋ ਸਕਦਾ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮਨਾ ਲੈਣ, ਹੋ ਸਕਦਾ ਕੱਲ੍ਹ ਤੱਕ ਪਰਸੋਂ ਤੱਕ ਖਬਰ ਆ ਜਾਵੇ ਅਤੇ ਉਹ ਡਿਨਾਈ ਵੀ ਕਰ ਦੇਣ ਕਿ ਜੀ ਮੈਂ ਅਸਤੀਫਾ ਨਹੀਂ ਦਿੱਤਾ ਜੀ, ਔਰ ਇੰਨੇ ਦਿਨ ਚੁੱਪ ਰਹਿਣ ਦਾ ਮਤਲਬ ਉਹਨਾਂ ਦੇ ਆ ਕਿ ਕੁਝ ਨਾ ਕੁਝ ਤਾਂ ਜਿਹੜਾ ਉਹ ਗਰਾਊਂਡ ਲੈਵਲ 'ਤੇ ਵਾਪਰ ਚੁੱਕਿਆ ਜਿਹਦਾ ਡੈਮੇਜ ਕੰਟਰੋਲ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਲੱਗੀ ਆ, ਔਰ ਭਾਰਤੀ ਜਨਤਾ ਪਾਰਟੀ ਵਾਸਤੇ ਪੰਜਾਬ ਵਿੱਚ ਵੱਡਾ ਚੈਲੰਜ ਹੈ। ਭਾਰਤੀ ਚੋਣਾਂ ਆ ਚੁੱਕੀਆਂ ਹੋਈਆਂ ਪੰਚਾਇਤਾਂ ਦੀਆਂ, ਔਰ ਪੰਚਾਇਤਾਂ ਚੋਣਾਂ ਦੇ ਵਿੱਚ ਜਿਹੜੇ ਲੋਕ ਆਪਣਾ ਕਬਜ਼ਾ ਕਰ ਲੈਂਦੇ ਆ, ਕਬਜ਼ੇ ਤੋਂ ਭਾਵ ਕਿ ਜਿਹੜੇ ਉੱਥੇ ਜਾ ਕੇ ਆਪਣੀਆਂ ਚੋਣਾਂ ਜਿੱਤ ਕੇ ਆਉਂਦੇ ਆ, ਉਹ ਫਿਰ ਅਗਲੀਆਂ ਜਿਹੜੀਆਂ ਚੋਣਾਂ ਹੁੰਦੀਆਂ ਨਾ ਵਿਧਾਨ ਸਭਾ ਦੀਆਂ ਜੀ, ਉਹ ਉਸ ਤੋਂ ਆਸ ਲਾਉਂਦੇ ਆ ਕਿ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਖੜ੍ਹੇ ਹੋਏ ਹਾਂ। ਸੋ ਭਾਜਪਾ ਵਾਸਤੇ, ਕਿਉਂਕਿ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਪਿੰਡਾਂ ਵਿੱਚ ਇਹਨਾਂ ਦਾ ਕੋਈ ਗਰਾਊਂਡ ਨਹੀਂ ਹੈਗਾ, ਪਰ ਉਹ ਕਹਿੰਦੇ ਸਾਡੇ ਕੋਲ ਪਿੰਡਾਂ ਵਿੱਚ ਬੜੀ ਵੋਟ ਹੈ, ਸੋ ਉਹ ਪਿੰਡਾਂ ਵਿੱਚ ਆਪਣਾ ਗਰਾਊਂਡ ਬਣਾਉਣਾ ਚਾਹੁੰਦੇ ਆ, ਪਰ ਇਸ ਮੌਕੇ 'ਤੇ
इस तरह की स्थिति पैदा होनी भाजपा वास्ते जो वड्डा चैलेंज है जी। सो बिल्कुल वड्डा चैलेंज है वड़ैत साहब ने कहा। सो लॉरेंस बिश्नोई की इंटरव्यू विवादों के बरकरार है। वड़ैत साहब हाईकोर्ट सख्त हो चुकिया है सीए खरड़ के स्टाफ की तैनाती लैके नाले रिटायर पुलिस मुलाजम जो एक्सटेंशन दी गई सी उस उत्ते भी सवाल खड़े हुए हैं तो पंजाब सरकार तो हुण स्पष्टीकरण मंगया गया जी। देखो सिद्धू मूसेवाला होना का जो कतल 2023 होया 22 दे विच ज्यों ही भगवंत मान की सरकार बनी सी नाल दी नाले बड़े विवादों के रहा क्योंकि वो उत्ते हाले तक जिहड़ा कोई सिट्टे दे नेड़े तेड़े नहीं पहुँचे हालांकि बहुत सारिआं नूं जिहड़ा उह गिरफ्तार भी किया कोर्ट केस भी चलदे आ पिछे जे उन्हां दी जिहड़ी जीप दे विच मारिया गया सी उह भी पेश कीती गई लेकिन लोग भालदे आ कि जल्दी तो जल्दी इंसाफ होना चाहिए क्योंकि पंजाब दे विच होर भी बहुत सारिया सिमरन जी घटनावां इहो जिहियां वापरियां ने जिन्हां विच लोकां दे मनां विच दहशत पैदा हुंदी है जी कि फरौतियां मंगियां जा रहियां ने गैंगस्टर जिहड़े उह गोलियां चलाउंदे फिरदे आ धमकियां दित्तियां जा रहियां ने और पिछले दिनां दे विच कई घटनावां हो भी चुकियां होईयां ने भावें आम आदमी पार्टी जां पुलिस क्लेम करदी है पर सच्चाई इह है कि ला एंड ऑर्डर दे उत्ते सवाल जिहड़े आ उठदे पए होए आ जी। हुण जिहड़ी इंटरव्यू 2023 दे विच एक चैनल ते कीती गई जड़ा भांडा जड़ा सारा फुटिया आके पुलिस दे सिर कि वो एक इंटरव्यू तो जी खरड़ दे सीआईए स्टाफ दे विच होई है ते हुण ये गल कि उस स्टाफ जड़ा स्टाफ उस वक्त ड्यूटी ते है वो एक बंदा सेवा मुक्त हो जांदा है जदों के पंजाब सरकार ने यह फैसला किया होया कि किसी नूं एक्सटेंशन नहीं देनी जी। जड़ा बंदा रिटायर ही हो गया 55 ਸਾਲਾਂ ਤੇ ਉਹਨੂੰ ਐਕਸਟੈਂਸ਼ਨ ਦੇਣੀ ਬੰਦ ਕਰ ਦਿੱਤੀ ਗਈ ਹੋਈ ਆ ਕਿਉਂਕਿ ਇਹ ਐਕਸਟੈਂਸ਼ਨ ਜਿਹੜੀ ਆ ਟੀਚਰਸ ਨੂੰ ਜ਼ਿਆਦਾ ਦਿੱਤੀ ਜਾਂਦੀ ਸੀ ਜੀ ਟੀਚਰਾਂ ਨੂੰ ਵੀ ਬੰਦ ਹੋ ਗਈ ਆ ਬਾਕੀ ਮਹਿਕਮਿਆਂ 'ਚ ਵੀ ਹੋ ਗਈ ਆ ਨਵੇਂ ਲੋਕਾਂ ਨੂੰ ਨੌਕਰੀਆਂ ਦੇਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਸੋ ਇੱਕ ਰਿਟਾਇਰਡ ਇੰਪਲਾਈ ਨੂੰ ਉਹ ਵੀ ਕੰਟਰੋਵਰਸੀ ਦੇ ਵਿੱਚ ਜਿਹੜਾ ਇਨਵੋਲਵ ਹੋਵੇ ਉਹਦੇ ਉਹਨੂੰ ਐਕਸਟੈਂਸ਼ਨ ਦੇ ਦੇਣੀ ਬੜੇ ਸਵਾਲ ਖੜ੍ਹੇ ਕਰਦੀ ਆ ਸਰਕਾਰ ਵਾਸਤੇ ਇਸੇ ਕਰਕੇ ਹਾਈਕੋਰਟ ਨੇ ਜਵਾਬ ਮੰਗਿਆ ਔਰ ਦੇਣਾ ਪਏਗਾ ਹਾਈਕੋਰਟ ਦੇ ਵਿੱਚ ਝੂਠਾ ਐਫੀਡੈਵਿਟ ਨਹੀਂ ਚੱਲਦਾ ਕਈ ਵਾਰੀ ਝੂਠੇ ਐਫੀਡੈਵਿਟ ਦੇ ਕੇ ਕਈ ਵਾਰੀ ਫਸੇ ਨੇ ਲੋਕ ਸੋ ਪਿਛਲੀ ਵਾਰੀ ਜਿਹੜਾ ਐਫੀਡੈਵਿਟ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਮੰਨਿਆ ਸੀ ਕਿ ਜਿਹੜਾ ਭਾਵੇਂ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਪਹਿਲਾਂ ਗੌਰਵ ਯਾਦਵ ਹੋਣਾ ਨੇ ਵੀ ਕਿਹਾ ਸੀ ਕਿ ਜਿਹੜੀ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਤੋਂ ਬਾਹਰ ਹੋਈ ਹੈ ਦੋਨੋਂ ਇੰਟਰਵਿਊਜ਼ ਬਾਹਰ ਹੋਈਆਂ ਨੇ ਲੇਕਿਨ ਹੁਣ ਸਰਕਾਰ ਨੇ ਆਪ ਮੰਨ ਲਿਆ ਹਾਈਕੋਰਟ ਦੇ ਵਿੱਚ ਕਿ ਇੱਕ ਇੰਟਰਵਿਊ ਜਿਹੜੀ ਆ ਖਰੜ ਸੀਏ ਸਟਾਫ ਵਿੱਚ ਹੋਈ ਹੈ ਔਰ ਦੂਸਰੀ ਜਿਹੜੀ ਆ ਉਹ ਰਾਜਸਥਾਨ ਦੇ ਵਿੱਚ ਹੋਈ ਹੈ ਜੀ। ਸੋ ਇਹ ਸਵਾਲ ਬੜੇ ਖਰੇ ਕਰਦੀ ਆ ਕਿ ਕਾਲੀਆਂ ਭੇਡਾਂ ਕਿੱਥੇ ਆ ਕਾਲੀਆਂ ਭੇਡਾਂ ਫੜਨ ਵਾਸਤੇ ਸਾਡੇ ਸਪੀਕਰ ਸੰਧਵਾ ਸਾਹਿਬ ਨੇ ਵੀ ਕਿਹਾ ਸੀਗਾ ਅਤੇ ਉਹ ਲਿਸਟ ਕਿੱਥੇ ਆ ਕਿਤੋਂ ਆਉਣੀ ਆ ਅਤੇ ਇਹੋ ਜਿਹੇ ਜਦੋਂ ਐਕਸਟੈਂਸ਼ਨਾਂ ਹੋਣਗੀਆਂ ਤਾਂ ਫਿਰ ਉਹ ਕਾਲੀਆਂ ਭੇਡਾਂ ਜਿਹੜੀਆਂ ਉਹਨਾਂ ਦੀ ਲਿਸਟ ਕਦੋਂ ਆਏਗੀ ਇਹ ਤਾਂ ਫਿਰ ਹੁਣ ਲੱਗਦਾ ਲੰਮਾ ਸਮਾਂ ਲੋਕਾਂ ਨੂੰ ਇੰਤਜ਼ਾਰ ਹੀ ਕਰਨਾ ਪੈਣਾ ਜੀ। ਬਿਲਕੁਲ ਵੜਿਆ ਸਾਹਿਬ ਸਮੇਂ ਸਮੇਂ 'ਤੇ ਕਾਲੀਆਂ ਭੇਡਾਂ ਦਾ ਜ਼ਿਕਰ ਹੁੰਦਾ ਰਹਿੰਦਾ ਔਰ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਸਰਕਾਰ ਦੇ ਉੱਤੇ ਸਖਤੀ ਲਗਾਤਾਰ ਕੀਤੀ ਜਾ ਰਹੀ ਹੈ ਔਰ ਕਈ ਤਰ੍ਹਾਂ ਦੇ ਸਵਾਲ ਵੀ ਜ਼ਰੂਰ ਉੱਠਦੇ ਨੇ। ਸੋ ਗੱਲ ਕਰ ਲੈਂਦੇ ਹਾਂ ਕਿਸਾਨਾਂ ਦੀ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਦੇ ਕਈ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਹੁਣ ਇਹ ਵੀ ਕਿਹਾ ਗਿਆ ਸੀ ਕਿ ਬੀਤੇ 5 ਕੁ ਦਿਨਾਂ ਦੇ ਵਿੱਚ 21 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ ਹੁਣ ਅਜਿਹੇ ਦੇ ਵਿੱਚ ਕਿਸਾਨਾਂ ਨੇ ਗੁਹਾਰ ਲਗਾਈ ਹੈ ਡੀਸੀ ਦੇ ਅੱਗੇ ਔਰ ਉਹਨਾਂ ਨੂੰ ਕਿਹਾ ਹੈ ਕਿ ਜਾਂ ਤਾਂ ਸਰਕਾਰ ਸਾਡੀ ਮਦਦ ਕਰੇ ਪਰਾਲੀ ਨੂੰ ਚੁੱਕਣ ਦੇ ਵਿੱਚ ਨਹੀਂ ਤਾਂ ਫਿਰ ਅਸੀਂ ਖੇਤਾਂ ਦੇ ਵਿੱਚ ਹੀ ਪਰਾਲੀ ਸਾੜਨਾ ਸ਼ੁਰੂ ਕਰ ਦੇਵਾਂਗੇ ਜੀ। ਉਹ ਸਿਮਰਨ ਜੀ ਕਹਿੰਦੇ ਆ ਕਿ ਡੁੱਬੀ ਤਾਂ ਜੇ ਸਾਹ ਨਾ ਆਇਆ ਜੀ। ਕਿਸਾਨਾਂ ਦੀ ਸਥਿਤੀ ਜਿਹੜੀ ਆ ਉਹ ਸੱਚਮੁੱਚ ਇਹੋ ਜਿਹੀ ਬਣੀ ਹੋਈ ਆ। ਆਪਾਂ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਦੇ ਨਾਲ ਜੂਝਦੇ ਆ ਰਹੇ ਹਾਂ ਕਿ ਜਿਉਂ 1 ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਫਿਰ ਇਹ ਡਰ ਵੱਧ ਜਾਂਦਾ ਕਿ ਹੁਣ ਪਰਾਲੀ ਨੂੰ ਅੱਗ ਲੱਗੇਗੀ, ਧੂੰਆਂ ਆਏਗਾ, ਲੋਕਾਂ ਦਾ ਸਾਹ ਘੁੱਟਿਆ ਜਾਏਗਾ ਔਰ ਦਿੱਲੀ ਵਾਲੇ ਵੀ ਤਿਆਰ ਬੈਠੇ ਹੁੰਦੇ ਆ ਕਿ ਕਹਿਣ ਲਈ ਕਿ ਜੀ ਹੁਣ ਪੰਜਾਬ ਦੇ ਵਿੱਚ ਜਿਹੜੀ ਆ ਪਰਾਲੀ ਫੂਕਣ ਲੱਗ ਪਏ ਆ, ਪੰਜਾਬ ਦਾ ਧੂੰਆਂ ਦਿੱਲੀ ਆ ਗਿਆ ਜੀ। ਹਾਲਾਂਕਿ ਹਰਿਆਣੇ 'ਚ ਵੀ ਫੂਕੀ ਜਾਂਦੀ ਹੈ, ਯੂਪੀ 'ਚ ਵੀ ਫੂਕੀ ਜਾਂਦੀ ਹੈ, ਦਿੱਲੀ 'ਚ ਆਪਣਾ ਵੀ ਧੂੰਆਂ ਬਹੁਤ ਹੁੰਦਾ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਗੱਲ ਮੰਨੀ ਹੈ ਕਿ ਇਕੱਲਾ ਪੰਜਾਬ ਜ਼ਿੰਮੇਵਾਰ ਇਹਦੇ ਲਈ ਨਹੀਂ ਹੈਗਾ। ਇਹ ਗੱਲ ਜਿਹੜੀ ਸਾਹਮਣੇ ਆ ਚੁੱਕੀ ਹੋਈ ਹੈ। ਹੁਣ ਗੱਲ ਇਹ ਆ ਕਿ ਕਿਸਾਨ ਉਹ ਪਰਾਲੀ ਨੂੰ ਲੈ ਕੇ ਕਿੱਥੇ ਜਾਵੇ। ਜਦੋਂ ਇਹ ਬਿਲਕੁਲ ਠੀਕ ਹੈ ਕਿ ਜਦੋਂ ਅੱਗ ਲੱਗਦੀ ਹੈ ਜਾਨਵਰ ਵੀ ਮਰਦੇ ਆ, ਜਿਹੜੇ ਜ਼ਮੀਨ ਦੇ ਵਿੱਚ ਹੈ ਜਿਹੜਾ ਜੈਵਿਕ ਮਾਦਾ ਉਹ ਖਤਮ ਹੁੰਦਾ, ਜਿਹੜੇ ਸਾਡੇ ਦਰਖਤਾਂ ਦੇ ਉੱਤੇ ਜਾਨਵਰ ਹੁੰਦੇ ਆ ਉਹਨਾਂ ਦੇ ਆਲਣੇ ਫੂਕੇ ਜਾਂਦੇ ਆ, ਜਿਹੜੇ ਦਰਖਤ ਹੁੰਦੇ ਆ ਉਹ ਝੁਲਸੇ ਜਾਂਦੇ ਆ,
ਬਨਸਪਤੀ ਤੇ ਫਿਰ ਉਹ ਧੂੰਆਂ ਹਵਾ 'ਚ ਜਾਂਦਾ, ਨੁਕਸਾਨ ਬਹੁਤ ਵੱਡਾ ਹੁੰਦਾ। ਫਿਰ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਛਾਤੀ ਦੀਆਂ ਸਾਹ ਦੀਆਂ ਬਿਮਾਰੀਆਂ ਨੇ, ਫਿਰ ਬੱਚੇ ਹੈ, ਗਰਭਵਤੀ ਮਾਵਾਂ ਨੇ, ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਦੇਖੋ ਕਿੰਨੇ ਪੇਸ਼ੈਂਟ ਹੁੰਦੇ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ। ਪਰ ਗੱਲ ਇਹ ਹੈ ਕਿ ਸਰਕਾਰਾਂ ਹੁਣ ਤੱਕ ਇਹ ਢੰਡੋਰੇ ਹੀ ਪਿੜਦੀਆਂ ਰਹੀਆਂ ਨੇ ਕਿ ਅਸੀਂ ਜੀ ਬਹੁਤ ਪੈਸਾ ਦੇ ਦਿੱਤਾ। ਇੱਕ ਪੈਸਾ, ਇੱਕ ਵਾਰੀ ਤਾਂ ਸੈਂਟਰ ਗੌਰਮੈਂਟ ਦਾ 1150 ਕਰੋੜ ਰੁਪਈਆ ਆਇਆ ਸੀ, ਉਹਦੇ ਵਿੱਚੋਂ ਬਹੁਤ ਸਾਰੀ ਮਸ਼ੀਨਰੀ ਸਰਕਾਰਾਂ ਦੀ, ਜਿਹੜੀ ਪੰਜਾਬ ਸਰਕਾਰ ਦੀ ਸੀ, ਉਹ ਕੋਆਪਰੇਟ ਸੁਸਾਇਟੀਆਂ ਦੇ ਵਿੱਚ ਮਿਲੀ ਨਹੀਂ, ਉਹ ਕਲੱਬਾਂ ਦੇ ਵਿੱਚ ਮਿਲੀ ਨਹੀਂ ਹੈਗੀ। ਸੋ ਅਸੀਂ ਹਰ ਵਾਰੀ ਜਦੋਂ ਹੁੰਦਾ ਵੀ ਜਿਹੜੀ ਸਮੱਸਿਆ ਆਈ ਉਹਦੇ ਨਾਲ ਨਿਪਟ ਲਓ, ਅਗਲੀ ਵਾਰੀ ਫਿਰ ਵੇਖਾਂਗੇ। ਅਸੀਂ ਕਿਉਂ 6 ਮਹੀਨੇ ਤੱਕ ਇੰਤਜ਼ਾਰ ਕਰਦੇ ਰਹਿੰਦੇ ਹਾਂ ਕਿ ਜਦੋਂ ਹੋਏਗਾ ਉਦੋਂ ਵੇਖੀ ਜਾਏਗਾ। ਇਸ ਵਾਰ ਫਿਰ ਇਹ ਸਮੱਸਿਆ ਸਾਡੇ ਸਿਰ 'ਤੇ ਆ ਖੜੀ ਹੋਈ ਹੈ ਜੀ। ਅੱਗਾਂ ਲੱਗਣੀਆਂ ਹੀ ਲੱਗਣੀਆਂ ਨੇ, ਧੂੰਆਂ ਹੋਣਾ ਹੀ ਹੋਣਾ, ਅਤੇ ਅਸੀਂ ਫਿਰ 2-3 ਮਹੀਨੇ ਜਿਹੜੇ ਆ ਇਹ ਦਸੰਬਰ ਤੱਕ ਦੇ, ਨਵੰਬਰ ਤੱਕ ਦੇ ਹੀ ਕਹਿ ਲਓ, ਕਿ ਅਸੀਂ ਰੌਲਾ ਪਾ ਕੇ ਬਲੇਮ ਕਰਕੇ ਇੱਕ ਦੂਜੇ 'ਤੇ ਮੀਟਿੰਗਾਂ ਕਰਕੇ ਅਤੇ ਨਿਗਾ ਲੈਣੇ ਆ, ਫਿਰ ਅਸੀਂ ਚੁੱਪ ਕਰ ਜਾਣਾ ਅਤੇ ਅਗਲੀ ਵਾਰੀ ਫਿਰ ਜਾ ਕੇ ਯਾਦ ਆਉਣੀ ਆ ਸਤੰਬਰ ਦੇ ਵਿੱਚ ਕਿ ਹੋਣਾ। ਸਰਕਾਰ ਨੂੰ ਇਹਦੇ ਲਈ ਬਹੁਤ ਸੀਰੀਅਸਲੀ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੀ ਝੋਨੇ ਨੂੰ ਸਾਂਭਣ ਦਾ ਪ੍ਰਬੰਧ ਹੈ ਕਰਨਾ ਹੈਗਾ, ਉਹਦੇ ਲਈ ਮਸ਼ੀਨਾਂ ਐਡਵਾਂਸ ਦਿੱਤੀਆਂ ਜਾਣ। ਟੈਕਨੋਲੋਜੀ PAU ਨੇ ਜਿਹੜੀ ਆ ਉਹ ਪਰਾਲੀ ਤੋਂ ਰੂੜੀ ਬਣਾਉਣ ਦੀ ਕੱਢੀ ਹੋਈ ਹੈ ਕਾਰਡ, ਉਹਦੇ ਉੱਤੇ ਕਿਸਾਨਾਂ ਨੂੰ ਜਾਣੂ ਕਰਾਇਆ ਜਾਵੇ। ਪਰਾਲੀ ਨੂੰ ਜਿਹੜਾ ਉਹ ਭੱਠਿਆਂ ਦੇ ਵਿੱਚ ਵਰਤਿਆ ਜਾ ਰਿਹਾ, ਕਈ ਥਾਵਾਂ 'ਤੇ ਵਰਤਿਆ ਜਾ ਰਿਹਾ, ਉਹ ਬਹੁਤ ਸੀਰੀਅਸਲੀ ਕਰਨ ਦੀ ਲੋੜ ਹੈ, ਨਾ ਕਿ ਜਦੋਂ ਉੱਤੋਂ ਸੀਜ਼ਨ ਆ ਜਾਏ ਉਸ ਵਕਤ ਜਿਹੜਾ ਉਹ ਕਹਿੰਦੇ ਨੇੜੇ ਆਈ ਜਨ ਅਤੇ ਵਿਹਨੋ ਕੁੜੀ ਦੇ ਕੰਨ, ਇਹ ਨਹੀਂ ਹੋਣਾ ਚਾਹੀਦਾ। ਔਰ ਕਿਸਾਨ ਨੂੰ ਅਸੀਂ ਹਰ ਵਾਰੀ ਦੋਸ਼ੀ ਠਹਿਰਾਉਂਦੇ ਹਾਂ, ਠੀਕ ਹੈ ਅੱਗ ਲਾਉਂਦੇ, ਐਕਸੀਡੈਂਟ ਹੁੰਦੇ ਆ, ਨੁਕਸਾਨ ਹੁੰਦੇ ਆ, ਸੱਚਮੁੱਚ ਇੰਝ ਨਹੀਂ ਹੋਣਾ ਚਾਹੀਦਾ। ਔਰ ਸਾਡੇ ਕਿਸਾਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਪੂਰੀ ਤਰ੍ਹਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਬਹੁਤ ਸਾਰੇ ਕਿਸਾਨ ਹੈ ਜਿਨ੍ਹਾਂ ਨੇ ਮਾਡਲ ਦਿੱਤਾ ਕਿ ਉਹ ਪਰਾਲੀ ਨੂੰ ਅੱਗ ਲਾਏ ਤੋਂ ਬਿਨਾਂ ਉਹਨੂੰ ਸਾਂਭਦੇ ਵੀ ਹੈ ਅਤੇ ਅਗਲੀ ਕਣਕ ਵੀ ਜਿਹੜੀ ਬੀਜਦੇ ਆ, ਕਈ ਤਾਂ ਵਿੱਚ ਹੀ ਵਾਹ ਦਿੰਦੇ ਹੈਗੇ ਆ, ਪਰ ਬਹੁਤ ਸਾਰੇ ਕਿਸਾਨਾਂ ਦਾ ਮਨ ਨਹੀਂ ਠਹਿਰਦਾ। ਦੂਸਰੀ ਗੱਲ, ਇਹ ਇੱਕ ਬੜਾ ਮਹਿੰਗਾ ਕੰਮ ਹੈ ਕਿ ਪਰਾਲੀ ਨੂੰ ਵਿੱਚ ਵਾਹ ਕੇ ਫਿਰ ਉਸਦੇ ਵਿੱਚ ਕਣਕ ਬੀਜਣੀ, ਕਿਉਂਕਿ ਰੋਟਾਵੇਟਰ ਬੜੇ ਮਹਿੰਗੇ ਆ ਜੀ, ਹੈਪੀ ਸੀਡਰ ਬੜਾ ਮਹਿੰਗਾ, ਸੁਪਰ ਸੀਡਰ ਜਿਹੜਾ ਉਹ ਬੜੇ ਮਹਿੰਗੇ ਹੈਗੇ ਆ, ਛੋਟਾ ਕਿਸਾਨ ਨਹੀਂ ਲੈ ਸਕਦਾ। ਔਰ ਜਿਹੜੇ ਇਹਨਾਂ ਮਸ਼ੀਨਾਂ ਦੇ ਰੇਟ ਨੇ ਉਹ ਇੰਨੇ ਵੱਧ ਜਾਂਦੇ ਆ ਕਿ ਸਰਕਾਰ ਜਿਹੜੀ ਸਬਸਿਡੀ ਦਿੰਦੀ ਆ ਉਹ ਸਬਸਿਡੀ ਵਿੱਚੇ ਖੱਪ ਜਾਂਦੀ ਹੈ ਜੀ। ਸੋ ਛੋਟੇ ਕਿਸਾਨ ਦੀ ਬੜੀ ਵੱਡੀ ਸਮੱਸਿਆ ਹੈਗੀ ਆ, ਵੱਡੇ ਕਿਸਾਨਾਂ ਦੀ ਇਹ ਸਮੱਸਿਆ ਨਹੀਂ ਹੈਗੀ। ਛੋਟੇ ਕਿਸਾਨਾਂ ਨੂੰ ਇਸ ਪਾਸੇ ਲਿਆਉਣਾ ਚਾਹੀਦਾ, ਇਨਾਮ ਦੇਣੇ ਚਾਹੀਦੇ ਆ, ਇਨਾਮ ਰੱਖਣੇ ਚਾਹੀਦੇ ਆ ਉਹਨਾਂ ਵਾਸਤੇ, ਅਤੇ ਉਹਨਾਂ ਲਈ ਮਸ਼ੀਨਾਂ ਦਿਓ, ਪ੍ਰਬੰਧ ਕਰੋ। ਇਸੇ ਕਰਕੇ ਇਸ ਵਾਰ ਕਿ ਫਾਜ਼ਿਲਕਾ ਦੇ ਵਿੱਚ ਜਾ ਕੇ ਕਿਸਾਨਾਂ ਨੇ DC ਨੂੰ ਕਿਹਾ ਜੀ ਅਸੀਂ ਤਿਆਰ ਹਾਂ, ਸਾਨੂੰ ਪੈਸੇ ਦਿਓ, ਅਸੀਂ ਚੁੱਕ ਦਿੰਦੇ ਹਾਂ ਜੀ। ਆ ਜਿਹੜਾ 1500 ਰੁਪਈਆ ਪ੍ਰਤੀ ਏਕੜ ਦੇਣ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚੋਂ ਵੀ ਬਹੁਤ ਸਾਰੇ ਕਿਸਾਨ ਕਹਿੰਦੇ ਜੀ ਸਾਨੂੰ ਤਾਂ ਸਰਕਾਰ ਨੇ ਦਿੱਤਾ ਹੀ ਨਹੀਂ ਹੈਗਾ, ਉਹ ਕਹਿੰਦੇ ਤੁਸੀਂ ਸਾਨੂੰ 2000 ਰੁਪਈਆ ਪ੍ਰਤੀ ਜਿਹੜਾ ਏਕੜ ਦੇ ਦਿਓ, ਅਸੀਂ ਉਹਦਾ ਪੈਸਾ ਜਿਹੜਾ ਉਸ ਪੈਸੇ ਦੇ ਨਾਲ ਪਰਾਲੀ ਸੰਭਾਲ ਲਾਂਗੇ। ਕਿਸਾਨਾਂ ਨੇ ਤਾਂ ਇਹ ਵੀ ਗੱਲ ਕਹੀ ਸੀ ਕਿ ਸਾਨੂੰ 200 ਰੁਪਈਆ ਪ੍ਰਤੀ ਕੁਇੰਟਲ ਝੋਨੇ ਦਾ ਤੁਸੀਂ ਵਧਾ ਦਿਓ, ਅਸੀਂ ਆਪਣੇ ਆਪ ਪ੍ਰਬੰਧ ਕਰ ਲਾਂਗੇ ਕਿ ਅਸੀਂ ਜਿਹੜਾ ਉਹ ਪਰਾਲੀ ਕਿਵੇਂ ਸਾਂਭਣੀ ਆ। ਤਾਂ ਸਰਕਾਰ ਫਿਰ ਕਿਸਾਨਾਂ ਦੀ ਕਿਉਂ ਨਹੀਂ ਮੰਨਦੀ, ਇਹ ਇੱਕ ਬੜਾ ਵੱਡਾ ਸਵਾਲ ਹੈ ਜੀ। ਵੜੈਚ ਸਾਹਿਬ, ਅੰਮ੍ਰਿਤਪਾਲ ਸਿੰਘ ਯਾਨੀ ਕਿ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਹੋਰਾਂ ਨੇ ਬੀਤੇ ਦਿਨ ਇੱਕ ਐਲਾਨ ਕੀਤਾ ਸੀ ਕਿ ਉਹ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਨੇ। ਹੁਣ ਇਸੇ ਉੱਤੇ ਹੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਬਿਆਨ ਸਾਹਮਣੇ ਆਇਆ। ਦਰਅਸਲ ਕਿਹਾ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਅੰਮ੍ਰਿਤਪਾਲ ਸਿੰਘ ਨੇ ਇਹ ਟਿੱਪਣੀ ਕੀਤੀ ਆ, ਔਰ ਇਸ ਟਿੱਪਣੀ ਨੂੰ ਉਹਨਾਂ ਦੇ ਟਵਿੱਟਰ ਹੈਂਡਲ ਦੇ ਉੱਤੇ ਪੋਸਟ ਕੀਤਾ ਗਿਆ ਜੀ। ਸਾਡੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਹੋਣੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ NSA ਦੇ ਅੰਡਰ, ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਸ਼ੁਰੂ ਤੋਂ ਹੀ ਰਹਿ ਰਹੇ ਨੇ। ਲੇਕਿਨ ਜਿਉਂ ਜਿਉਂ ਸਮਾਂ ਲੰਘਦਾ ਗਿਆ ਤਾਂ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਵਿਵਾਦ ਸੀ ਕੁਝ ਤਾਂ ਜਿਹੜੇ ਉਹ ਠੰਡੇ ਪੈ ਗਏ, ਪਰ ਉਹ ਹੁਣ ਟਰਨ ਕੁਛ ਹੋਰ ਲੈ ਗਏ ਆ ਕਿ ਉਹਨਾਂ ਦੀ ਜਿਹੜੀ ਆਮਦ ਸੀ ਪੰਜਾਬ ਦੇ ਵਿੱਚ ਉਹ ਹੁਣ ਸਿਆਸੀ ਰੂਪ ਜਿਹੜਾ ਉਹ ਧਾਰਨ ਕਰ ਗਈ ਹੋਈ ਆ ਜੀ। ਕਿਉਂਕਿ ਉਹ ਮੈਂਬਰ ਪਾਰਲੀਮੈਂਟ ਬਣ ਗਏ ਆ, ਸੰਵਿਧਾਨ ਦੇ ਤਹਿਤ ਉਹਨਾਂ ਨੇ ਸੇਵਾ ਸਹੁੰ ਚੁੱਕੀ ਹੈ। ਹੁਣ ਗੱਲ ਇਹ ਆ ਰਹੀ ਹੈ ਕਿ ਉਸ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਹੈ ਉਹਨਾਂ ਦੀ ਉਸ ਜਿੱਤ ਨੂੰ, ਉਹਨਾਂ ਦੀ ਉਸ ਆਈਡੀਓਲੋਜੀ ਨੂੰ ਪੰਜਾਬ ਦੇ ਵਿੱਚ ਉਹ ਲਿਆਉਣਾ ਚਾਹੁੰਦੇ ਆ। ਇਸ ਲਈ ਉਹ ਦਾਅਵਾ ਕਰਦੇ ਆ ਕਿ ਜਿਹੜੇ ਪੰਥਕ ਮਸਲੇ ਪੰਜਾਬ ਦੇ
ਜਾਂ ਦੂਸਰੇ ਮਸਲੇ ਸਿੱਖਾਂ ਨਾਲ ਜੁੜੇ ਨਹੀਂ ਹੱਲ ਹੋ ਸਕੇ, ਉਹ ਕਹਿੰਦੇ ਵੀ ਅਸੀਂ ਹੁਣ ਕਰਕੇ ਵਿਖਾਵਾਂਗੇ ਜੀ। ਔਰ ਉਹਨਾਂ ਦੀ ਫੋਲੋਅਰਸ਼ਿਪ ਵੀ ਬਹੁਤ ਜਿਹੜੀ ਹੋ ਚੁੱਕੀ ਹੈ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਭ ਤੋਂ ਵੱਧ ਵੋਟਾਂ ਦੇ ਨਾਲ ਉਹ ਜਿੱਤੇ ਸੀ ਸ਼੍ਰੀ ਖਡੂਰ ਸਾਹਿਬ ਤੋਂ ਜੀ। ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪ ਦੁੱਖ ਦਿਨ ਦੀ ਗੱਲ ਹੈ, ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੀ ਆ ਉਹ ਪਾਰਟੀ ਬਣਾਉਣ ਜਾ ਰਹੇ ਹਾਂ। ਉਹਨਾਂ ਕਿਹਾ ਸੀ ਅਸੀਂ ਪਾਰਟੀ ਦਾ ਨਾਮ ਜਿਹੜਾ ਉਹ ਅਗਲੇ ਦਿਨਾਂ 'ਚ ਅਨਾਊਂਸ ਕਰ ਦਾਂਗੇ, ਪਾਰਟੀ ਦੇ ਮੰਤਵ ਕੀ ਨੇ, ਪਾਰਟੀ ਦੇ ਵਿੱਚ ਕੌਣ ਕੌਣ ਹੋਏਗਾ, ਇਹ ਉਹ ਕਰਨਗੇ। ਪਰ ਹੁਣ ਜਿਹੜੀ ਉਹਨਾਂ ਦੀ ਇੱਕ ਟਵੀਟ ਆਈ, ਟਵੀਟ ਦੇ ਵਿੱਚ ਜਿਹੜੇ ਉਹਨਾਂ ਨੇ ਉਹਨਾਂ ਦੀ ਆਈ ਆ ਉਹਦੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪੜ੍ਹ ਕੇ ਸੁਣਾਉਣਾ ਕਿ ਉਹ ਕਹਿੰਦੇ ਕਿ ਮੇਰੇ ਪਿਤਾ ਭਾਈ ਤਰਸੇਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਤੇ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਨੇ ਤੇ ਵਿੱਚ ਉਹਨਾਂ ਲਿਖਿਆ ਕਿ ਮੌਜੂਦਾ ਪੰਥਕ ਤੇ ਨਾ ਹੀ ਗੈਰ ਪੰਥਕ ਸਿਆਸੀਆਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਹੱਲ ਨਹੀਂ ਕਰ ਸਕੀਆਂ, ਔਰ ਉਹ ਕਹਿੰਦੇ ਆ ਕਿ ਅਸੀਂ ਇਸ ਇਹਨਾਂ ਮੁੱਦਿਆਂ ਨੂੰ ਹੱਲ ਕਰਾਂਗੇ। ਉਹਨਾਂ ਦੇ ਪੇਜ ਦੇ ਉੱਤੇ ਜਿਹੜੀ ਹੈ ਇਹ ਟਵੀਟ ਜਿਹੜਾ ਐਕਸ ਦੇ ਉੱਤੇ ਪੋਸਟ ਕੀਤਾ ਗਿਆ। ਹੁਣ ਕਈ ਸੋਚਦੇ ਆ ਕਿ ਉਹ ਜੇਲ੍ਹ ਦੇ ਵਿੱਚੋਂ ਬੈਠੇ ਕਿਵੇਂ ਕਰ ਸਕਦੇ ਆ, ਔਰ ਇਹ ਗੱਲ ਹੈ ਕਿ ਉਹਨਾਂ ਨੂੰ ਅਕਸਰ ਉਹਨਾਂ ਦੇ ਪਰਿਵਾਰਕ ਮੈਂਬਰ ਮਿਲਦੇ ਆ ਜੀ, ਉਹਨਾਂ ਨਾਲ ਗੱਲਬਾਤ ਹੁੰਦੀ ਆ, ਉਹ ਆਪਣੀ ਗੱਲਬਾਤ ਉਹਨਾਂ ਨੂੰ ਦੱਸ ਦਿੰਦੇ ਹੋਣੇ ਆ। ਸੋ ਇਹ ਟਵੀਟ ਜਿਹੜਾ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਬੈਠ ਕੇ ਐਕਸ ਦੇ ਉੱਤੇ ਪੋਸਟ ਨਹੀਂ ਕੀਤਾ ਹੋਇਆ, ਇਹ ਉਹਨਾਂ ਦੇ ਜਿਹੜੇ ਫੋਲੋਅਰਸ ਨੇ ਜਾਂ ਜਿਹੜੇ ਔਰਗੇਨਾਈਜ਼ਰਸ ਨੇ ਉਹਨਾਂ ਦੇ ਨਾਲ ਉਹ ਬਾਹਰ ਬੈਠ ਕੇ ਉਹਨਾਂ ਦੀ ਆਈਡੀਓਲੋਜੀ ਨੂੰ ਜਿਹੜੀ ਆ ਉਹ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ। ਗੱਲ ਇਹ ਆ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਪੰਜਾਬ ਦੇ ਮੁੱਦੇ ਨਹੀਂ ਸੁਲਝੇ, ਇਹ ਸਾਰੇ ਮਹਿਸੂਸ ਕਰਦੇ ਆ, ਔਰ ਪੰਜਾਬ ਦੇ ਪੰਥਕ ਅਤੇ ਪੰਜਾਬ ਦੇ ਸਮਾਜਿਕ ਮੁੱਦੇ ਹੱਲ ਹੋਣੇ ਚਾਹੀਦੇ ਆ। ਪੁਰਾਣੀਆਂ ਸਿਆਸੀ ਪਾਰਟੀਆਂ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰ ਸਕੀਆਂ, ਉਹਨਾਂ 'ਤੇ ਬੜੇ ਵੱਡੇ ਸਵਾਲ ਹੈ। ਅਤੇ ਜਦੋਂ ਕੁਦਰਤੀ ਹੈ ਕਿ ਜਦੋਂ ਪੁਰਾਣੇ ਲੋਕ ਜਿਹੜੇ ਨੇ ਜਾਂ ਜਿਨ੍ਹਾਂ 'ਤੇ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਹੁੰਦੀਆਂ ਨੇ, ਜਦੋਂ ਉਹ ਲੋਕਾਂ ਦੀਆਂ ਆਸਾਂ 'ਤੇ ਪੂਰੇ ਨਹੀਂ ਉਤਰਦੇ ਤਾਂ ਫਿਰ ਉਹਨਾਂ ਦੇ ਵਿੱਚੋਂ ਲੋਕਾਂ ਦੇ ਵਿੱਚੋਂ ਲੋਕ ਆਪ ਖੜ੍ਹੇ ਹੋ ਜਾਂਦੇ ਆ ਜੀ। ਉਹਦੇ ਵਿੱਚੋਂ ਇਹ ਵੀ ਇੱਕ ਨਿਕਲੀ ਹੋਈ ਸੋਚ ਹੈ ਕਿ ਅਸੀਂ ਨੌਜਵਾਨ ਜਿਹੜੇ ਆ ਉਹ ਆਪ ਅੱਗੇ ਨਿਕਲ ਕੇ ਗੱਲ ਕਰਨਗੇ, ਜਿਵੇਂ ਆਮ ਆਦਮੀ ਪਾਰਟੀ ਨੇ ਦੋਨਾਂ ਪਾਰਟੀਆਂ ਦੇ ਪੁਰਾਣੇ ਇਤਿਹਾਸ ਨੂੰ ਪੁੱਠਾ ਕਰਕੇ ਨਵੀਂ ਪਾਰਟੀ ਲਿਆਂਦੀ ਬਦਲਾਓ ਦੀ, ਭਾਵੇਂ ਕਿ ਬਦਲਾਓ ਵਾਲੀ ਗੱਲ ਦੇ ਉੱਤੇ ਸਵਾਲ ਉੱਠਣ ਲੱਗ ਪਿਆ ਹੁਣ ਜਦੋਂ ਜੈਤੋਂ ਤੋਂ ਇਹੋ ਜਿਹਾ ਜਿਹੜੀ ਵੀਡੀਓ ਆ ਜਾਵੇ ਜਾਂ ਜਦੋਂ ਤੁਹਾਡੀ ਸਰਕਾਰ ਦੇ ਉੱਤੇ ਇਲਜ਼ਾਮ ਲੱਗਣ ਜਾਣ ਕਿ ਤੁਸੀਂ ਪੰਚਾਇਤਾਂ ਦੀਆਂ ਚੋਣਾਂ 'ਤੇ ਅਨਾਊਂਸ ਕਰਤੀਆਂ ਵੋਟਰ ਸੂਚੀਆਂ ਨਹੀਂ ਫਾਈਲ ਹੋਈਆਂ, ਹਾਲੇ ਤੱਕ ਰਿਜ਼ਰਵ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੀਆਂ ਸੂਚੀਆਂ ਨਹੀਂ ਸ਼ਾਮਲ ਹੋਈਆਂ, ਔਰ ਜਦੋਂ ਮੰਗੀਆਂ ਜਾਣ ਸੂਚੀਆਂ ਤਾਂ ਉਦੋਂ ਜਿਹੜੇ ਸਟਾਫ ਹੈ ਉਹ ਬੰਟੀ ਰੁਮਾਣਾ ਹੋਣਾ ਦੀ ਇੱਕ ਵੀਡੀਓ ਘੁੰਮਦੀ ਰਹੀ ਹੈ ਕਿ ਉਹ ਤੁਹਾਨੂੰ ਕੋਈ ਤਸੱਲੀ ਪਕਸ ਜਵਾਬ ਨਾ ਦੇ ਸਕਣ ਤਾਂ ਫਿਰ ਸਵਾਲ ਤਾਂ ਖੜ੍ਹੇ ਹੁੰਦੇ ਆ। ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਗਰੁੱਪ ਨੇ ਉਹ ਜ਼ਰੂਰ ਅੱਗੇ ਆਉਂਦੇ ਨੇ, ਉਹ ਆਪਣੇ ਆਪ ਨੂੰ ਕਰਦੇ ਨੇ। ਹੁਣ ਦੇਖਦੇ ਹਾਂ ਕਿ ਇਹ ਜਿਹੜੀ ਸਿਆਸੀ ਪਾਰਟੀ ਬਣਾਉਣ ਜਾ ਰਹੇ ਆ ਕੀ ਲੋਕ ਉਹਨੂੰ ਸਪੇਸ ਦੇਣਗੇ, ਆਉਣ ਵਾਲੇ ਸਮੇਂ ਵਿੱਚ ਉਹ ਕੀ ਮੁੱਦੇ ਲੈ ਕੇ ਆਉਂਦੀ ਆ, ਕੀ ਉਦੇਸ਼ ਲੈ ਕੇ ਆਉਂਦੀ ਆ, ਔਰ ਉਹਦੇ ਨਾਲ ਕਿਹੜੇ ਕਿਹੜੇ ਲੋਕ ਜੁੜਦੇ ਆ, ਇਸ ਤੋਂ ਪਤਾ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਲੱਗੂਗਾ। ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਜੀ। ਬਿਲਕੁਲ ਵੜਾਜ ਸਾਹਿਬ, ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ ਜੀ। ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਸਾਡੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਵਾਸਤੇ ਵੜਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸਿਮਰਨ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।